ਜਿਣਜੀ ਹੈ ਸੀ ਉਦੋਂ ਮੁਕੱਲਦ ਜਦੋਂ ਕੋਈ ਨਹੀਂ ਸੀ ਪੂਰੀ ਦੁਨੀਆਂ 'ਚ ਉਦੋਂ ਵੀ ਹਦੀਸ 'ਤੇ ਆ ਸੀ ਜਿਣਜੀ ਹੈ ਸੀ ਫਿਰ ਪਹਿਲਾ ਮੁਕੱਲਦ ਹੋਆ ਜਿਣਜੀ ਜਦੋਂ ਮੈਂ ਫਿਰ ਤਕਲੀਫ ਨਹੀਂ ਸੀ ਸਾਰੇ ਕੌਣ ਸਨ ਜਣਕਾਰ ਮੁਕੱਲਦ ਸਨ ਕੋਈ ਮੁਕੱਲਦ ਨਹੀਂ ਸੀ ਜਾਣੀ ਜਦੋਂ ਪਹਿਲਾ ਮੁਕੱਲਦ ਪੜਿਆ ਮੁਕੱਲਦ ਹੋ ਗਿਆ ਇਹ ਜਣਜੀ ਇਹ ਹਦੀਸ ਉਦੋਂ ਆਇਆ ਨਹੀਂ ਸੀ ਜਣਜੀ ਮੈਂ ਕਿਹੜੀ ਵੱਡੀ ਜਮਾਤ ਦੀ ਪਰਵੀ ਕਰੋ ਤੇ ਮੁਕੱਲਦ ਦੁਨੀਆਂ 'ਚ ਇੱਕੋ ਸੀ ਜੇ ਤੁਸੀਂ ਉਹਦੇ ਪਹਿਲੇ ਦਿਨ ਹਦੀਸ 'ਚ ਅਮਲ ਕਰ ਲਿਆ ਦੂਜਾ ਹੁੰਦਾ ਹੀ ਨਾ ਜੇ ਤੁਸੀਂ ਪਹਿਲੇ ਉਸ ਦਿਨ ਹਦੀਸ 'ਤੇ ਅਮਲ ਕਰ ਲੈਂਦੇ ਕਿ ਬੜੀ ਜਮਾਤ ਦੀ ਪੈਰਵੀ ਕਰੋ ਇਹ ਹਦੀਸ ਤੇ ਪੈਗੰਬਰ ਦੀ ਹੈ ਮਕੌਲ ਤੁਹਾਡੇ ਹਦੀਸ ਵੀ ਸਹੀ ਹੈ ਤੇ ਫਿਰ ਨਬੀ ਪਾਕ ਫਰਮਾ ਬੜੀ ਜਮਾਤ ਦੀ ਪੈਰਵੀ ਕਰੋ ਜਦੋਂ ਤੁਸੀਂ ਦੁਨੀਆਂ 'ਚ ਇੱਕੋ ਸੋ ਤੁਸੀਂ ਹਦੀਸ 'ਤੇ ਅਮਲ ਕਰ ਲੈਂਦੇ ਤੋ ਅਸੀਂ ਸਮਾਂ ਦੇ ਆਦਮ ਦੀ ਪੈਰਵੀ ਕਰ ਲੈਂਦੇ ਸਭ ਤੋਂ ਪਹਿਲੇ ਹਦੀਸ ਦੀ ਤੁਸੀਂ ਮੁਖਾਲਫਤ ਕੀਤੀ ਹੈ ਫਿਰ ਦੂਜਾ ਰਫੀ ਹੋਇਆ ਫਿਰ ਉਹਨੇ ਮੁਖਾਲਫਤ ਕੀਤੀ ਹੈ ਫਿਰ ਤੀਜਾ ਹੋਇਆ ਫਿਰ ਉਹਨੇ ਮੁਖਾਲਫਤ ਕੀਤੀ ਹੈ ਇਹਦਾ ਮਤਲਬ ਹੈ ਜੋ ਜੋ ਵੱਧਦੇ ਕਹਿਣ ਦਾ ਮਤਲਬ ਹੈ ਉਹ ਹੱਕ ਹੋ ਜਾਂਦਾ ਤੁਸੀਂ ਉਦੋਂ ਬਾਅਦ ਦੱਸੋ ਨਬੀ ਪਾਕ ਰਮਾ ਦੀ ਬੜੀ ਜਮਾਤ ਦੀ ਪੈਰਵੀ ਕਰੋ ਲਿਹਾਜ਼ਾ ਜੇ ਤੁਸੀਂ ਇਸ ਹਦੀਸ ਤੇ ਅਮਲ ਕਰ ਲੈਂਦੇ ਤੇ ਪਹਿਲਾ ਆਇਆ ਸੀ ਤੇ ਦੂਜਾ ਨਾ ਹੁੰਦਾ ਤੇ ਦੂਜਾ ਆਇਆ ਸੀ ਤੇ ਤੀਜਾ ਨਾ ਹੁੰਦਾ ਤੇ ਰੌਲਾ ਹੀ ਨਾ ਪੈਂਦਾ ਇਸ ਰੌਲਾ ਤੁਸੀਂ ਸਭ ਪਾਇਆ ਐਲੇ ਰਿਸ਼ਕੀ ਅਗਰ ਸਮਾਜ ਦੇ ਆਦਮ ਦਾ ਮਾਨਾ ਬੜੀ ਜਮਾਤ ਨਹੀਂ ਸਵਾਦ ਆਦਮ ਦਾ ਮਾਨਾ ਹੈ ਅਜ਼ਮਤ ਵਾਲੀ ਸ਼ਾਂਤ ਵਾਲੀ ਜਮਾਤ ਜੇ ਬਿਲ ਦਲਾਲ ਕਾਮ ਹੋਏ ਜਨਾਬ ਕੁਰਾਨ ਪਾਕ ਪੜ੍ਹੀਏ ਆਦੀਸ ਪਾਕ ਪੜ੍ਹੀਏ ਬਾਦ ਬਾਦ ਇਹ ਵੀ ਹੁੰਦਾ ਜੇ ਕਿਵੇਂ ਮੈਂ ਕੁਰਾਨ ਨੇ ਪਤਾ ਕੀ ਫਰਮਾਇਆ ਕੁਲ ਲਾ ਯਸਤਵਿਲ ਖਬੀਸ ਵਲ ਤੈਬ ਵਲਵ ਆਜਬਕ ਕਸਰਤ ਅਗਲੇ ਵਾਰ ਬੋਲੋ ਖਾਫੇ ਮੈਂ ਅਗਲੇ ਇਹ ਕਿਸੇ ਲਿਖਿਆ ਕੁਰਾਨ ਪਾਕ ਵਿੱਚ ਆਦੀਸ ਪੜ੍ਹੀਏ ਕਿ ਕੁਰਾਨ ਕਹੇ ਹਦੀਸ ਕਹੇ ਕਿ ਬੜੀ ਜਮਾਤ ਦੀ ਪਰਵੀ ਕਰੋ ਨਹੀਂ ਨਹੀਂ ਅਜ਼ਮਤ ਵਾਲੀ ਜਿਹੜੀ ਜਮਾਤ ਕੁਰਾਨ ਸੁਨਨਤ ਤੇ ਕਹਵੇ ਸਵਾਦ ਦੇ ਆਸਰ ਤੋਂ ਹੀ ਹੋਇਆ ਕਰਦਾ ਹੈ ਕੁਰਾਨ ਨੇ ਕੀ ਫਰਮਾਇਆ ਹੈ ਫਰਮਾਇਆ ਯੂ ਅਨ ਨਬੀ ਯੂ ਇਨ ਨਾਰ ਸੱਲਾਹ ਕਾਰ ਐ ਪਿਆਰੇ ਅਬੀ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਰਸੂਲ ਸਬਨਾਇਆ ਹੈ ਇਨ ਨਾਰ ਸੱਲਾਹ ਕਾ ਸ਼ਾਹਿਦਨ ਔਰ ਐ ਮੇਰੇ ਬਾਬੂ ਤੁਸੀਂ ਸ਼ਾਹਿਦ ਹੋ ਗਵਾਹ ਬ੍ਰੈਕਟ ਨੰਬਰ 2 ਸ਼ੁਰੂ ਹੋਣ ਲੱਗੀ ਤਵੱਜੋ ਹੈ ਮਾਸ਼ਾਅੱਲਾ ਸ਼ਾਹਿਦਨ ਗਵਾਹ ਬ੍ਰੈਕਟ ਹਾਜ਼ਰ ਨਾਜ਼ਰ ਸ਼ਾਹਿਦ ਦਾ ਮਾਨਾ ਗਵਾਹ ਹੈ ਨਾਗੇ ਦਾ ਮਾਨਾ ਗਵਾਹ ਹੈ ਬ੍ਰੈਕਟ ਹਾਜ਼ਰ ਨਾਜ਼ਰ ਨਾਗਾ ਹਾਜ਼ਰ ਨਾਜ਼ਰ ਮਾਨਾ ਨਹੀਂ ਕਹਿਣ ਲੱਗੇ ਸ਼ਾਹਿਦ ਦਾ ਮਾਨਾ ਗਵਾਹ ਮੰਨਦੇ ਹੋ ਮੈਂ ਵੇਖੀ ਗਵਾਹ ਤਾਂ ਫਿਰ ਉਹ ਹੀ ਹੁੰਦਾ ਜਿਹੜਾ ਕੋਲ ਮੌਜੂਦ ਹੋਏ ਤੇ ਲਿਹਾਜ਼ਾ ਬ੍ਰੈਕਟ ਸਾਬਤ ਹੋ ਗਈ ਨਾ ਇਹ ਸ਼ਾਹਿਦ ਦਾ ਮਾਨਾ ਗਵਾਹ ਗਵਾਹ ਉਹ ਹੁੰਦਾ ਜਿਹੜਾ ਕੋਲ ਮੌਜੂਦ ਹੋਏ ਲਿਹਾਜ਼ਾ ਦਾ ਮਾਨਾ ਹਾਜ਼ਰ ਨਾਜ਼ਰ ਸਹੀ ਹੋਣਾ ਮੈਂ ਕਿਹਾ ਸਹੀ ਨਹੀਂ ਸ਼ਾਹਿਦ ਦਾ ਕੋਲ ਹੋਣਾ ਮੌਜੂਦ ਨਹੀਂ ਗਵਾਹ ਦਾ ਕੋਲ ਹੋਣਾ ਮੌਜੂਦ ਨਹੀਂ ਸਿੱਕਾ ਗਵਾਹੀ ਤੇ ਆ ਕੇ ਗਵਾਹੀ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਸ਼ਾਹਿਦ ਕੋਲ ਹੀ ਹੋਵੇ ਗਵਾਹ ਕੋਲ ਹੀ ਹੋਵੇ ਕਹਿੰਦੇ ਕੋਈ ਦਲੀਲ ਮੈਂ ਕੁਰਾਨ ਪਾਕ ਪੜ੍ਹੀਏ ਅੱਲਾਹ ਤਬਾਰਕ ਵ ਤਾਲਾ ਕੁਰਾਨ ਪਾਕ ਦਾ ਸੂਰਾ ਯੂਸ਼ੁਫ ਦੇ ਅੰਦਰ ਜਦੋਂ ਜ਼ੁਲੈਖਾ ਦੇ ਅੰਦਰ ਬੁਲਾਇਆ ਯੂਸ਼ੁਫ ਅਲੈਹਿ ਸਲਾਮ ਨੂੰ ਜ਼ੁਲੈਖਾ ਦੇ ਅੰਦਰ ਦਾਵਤ ਦਿੱਤੀ ਆਪ ਚਲੇ ਗਏ ਜਦੋਂ ਅੰਦਰ ਪਹੁੰਚੋ ਤੇ ਦਾਵਤ ਦੇ ਗੁਨਾਹ ਦਿੱਤੀ ਹੈ ਬਿਨਾਈ ਲਟਾਈਏ ਵੀ ਕਮੀਜ਼ ਯੂਸੁਫ ਇੱਥੇ ਵੀ ਕਮੀਜ਼ ਯੂਸੁਫ ਅਲੈਹਿਸਲਾਮ
اللہ دی رحمت نال جی پی ہوندا او دن اتنا بڑی انہوں نے کیا کیا اے جڑی کمیز ہے جدا ذکر ہوندا ہے یوسف علیہ الصلوۃ والسلام دی کمیز آئی یوسف علیہ الصلوۃ والسلام دے چہرے تے چھٹی کہ یہ اللہ دی بنائی ہے کمیز کوئی عام نہیں سی اس کمیز دی بڑی لمبی چوڑی تاریخ ہے میں سوچیا اپنی تاریخ دی پیار کردا جڑے کمیز آئی سی جنت چوں ابراہیم علیہ الصلوۃ والسلام نے پائی سی پھر انہوں نے دی اپنے بیٹے اسحاق علیہ السلام اسحاق علیہ السلام دی یعقوب علیہ السلام دی یعقوب علیہ السلام دی یوسف علیہ السلام اے او قمیض سی جڑی انہوں نے مصر وچ چائی اے جنت جو آئے ہوا ہے جوڑا سی بڑی پیاری قمیض سی میں کہلا دے بندے یوسف علیہ السلام تو سلام مصر سن تے قمیض چھوٹے جے سن تے چلے گئے کے نام تو تے قمیض ہوتے جے کیویں پہنچی اڑ تہانوں کی پتہ ہے کیوں جڑا نال لے گئے مگر جیڑی نال لے گئے سن تے واپس آ گئی وہ تے یوسف علیہ السلام گھروں پہن کے گئے تے بھائی نے کوئی چھوڑ دتا تے قمیض اتار لئی وہ تے قمیض سی دا ذکر کونا تے واپس آ گئی حضرت یعقوب علیہ السلام کول جڑا تہانوں کی پتہ ہے جوڑا نال وی لے گئے سن تے میں تے بھائی نے کوئی کوئی چھٹیا سی او جوڑا جڑا اچھا تے میں کو قمیض سی جڑا یہ حضرت ابراہیم علیہ السلام دی سی میں یوسف جدوں گھروں گیا تے چھوٹے جے سن انہوں نے بڑی قمیض جویں آئی ہوئے گی جڑے تہانوں پتہ نہیں میں دسو جڑے جدوں وڈا پال سی او وڈی ہو جاندی سی چھوٹا پال چھوٹی ہو جاندی پتہ ایک جھوٹ بولے تے نال دو چار ہو جے بول کے بند سنیے کہن لگے یوسف علیہ السلام والسلام دے بارے تحقیق کر لینا تحقیق کر لینا وشاہد شاہد من عالیا گواہی دتی انہاں نے گھر جو گواہی دینے والے نے کہ یوسف علیہ السلام والسلام دی کمیز ویکھ لو کمیز ویکھی گئی کمیز میرا کرتا پچھوں پھٹیا ہے پچھوں کرتا پھٹیا ہے اے فرمایا یوسف جان دو معاملے نو جان دو لہذا گواہی کس نے دتی ہے جڑا کول موجود نہیں سی حاضر نہیں سی ناظر نہیں سی اگ ہو کہ وہ شاہد شاہد من عالیا شاہد جڑا کول اندر کمرے تو موجود سی دے نہیں تے مانی ہے شاہد دا مان گواہ حاضر ناظر نہیں ہر وقت گواہ کول ہونا دا ضروری شرط موجود نہیں قران نے کی فرمایا ہے فرمایا ایو النبی ان ارسلنا بولیا جاتا ہے جی عمر صاحب نے پترا کی بات بولیا بولیا کیوں کبھی
اونٹ پیغمبر آئے نہ سادے نہ سہیلے، سادے پر آئے ہی کوئی نہیں۔ اللہ پوچھے گا میرے نبیوں گئے ہو؟ جی ہاں جی گئے ہیں، انہیں ساری بات کو منیا نہیں، جھٹلائے۔ یہ کہہ کے یا اللہ یہ انبیاء سادے پر آئے ہی نہیں، جی آئے نہ تو کوئی گواہ لے آ۔ نبی پاک نے فرمایا جب نبی آ رہے ہیں قوم مشرکین یہ جھٹلان گیا، اللہ قیامت کو میری ساری امت کو گواہ بنا کے پیش کر دے گا، میری امت گواہی دے گی۔ اب مشرک کہیں گے یا جناب نماز
سیابا آئے یا رسول اللہ آم کتنے نہیں لبیا نہیں پیار فرما چلو سورج چڑھن تو روشنی ہو تو روشنی بھی ہو گئی یا رسول فرمایا میرا سیاپا